ਬਾਦਲ ਪਰਿਵਾਰ ਨੇ ਪੰਜਾਬ ਦਾ ਤੇ ਪੰਨ ਦਾ ਵੱਡਾ ਨੁਕਸਾਨ ਕੀਤਾ। ਮਜੀਠੀਏ ਦੇ ਤੇ ਉਹਨਾਂ ਨੇ ਜਿਹਦੇ ਸਰਬੱਤ ਖਾਸਾ ਸੱਦਿਆ ਤੇ ਉਹਨਾਂ ਨੇ ਕਿਹਾ ਵੀ ਉਹਦੇ ਤੇ ਡਰੱਗ ਦਾ ਨਸ਼ਿਆਂ ਦਾ ਦੋਸ਼ ਲੱਗ ਰਿਹਾ। ਸੋ ਇਹ ਦੋ ਪਰਿਵਾਰਾਂ ਨੂੰ ਛੱਡ ਕੇ ਕੋਈ ਵਿਅਕਤੀ ਦੁਨੀਆ ਦਾ ਅਸੀਂ ਹਰ ਦੇ ਕੋਲ ਜਾ ਕੇ ਹੱਥ ਜੋੜਨ ਲਈ ਤਿਆਰ ਹਾਂ। ਦੂਜੀ ਕਿ ਅਸੀਂ ਲੰਬੇ ਸਮੇਂ ਤੋਂ ਪੰਜਾਬ ਅਤੇ ਪੰਥ ਵਾਸਤੇ ਲੜਦੇ ਘੁਲਦੇ ਆ ਰਹੇ ਹਾਂ ਅਤੇ ਲੋਕ ਸਾਨੂੰ ਜਾਣਦੇ ਵੀ ਹੈ, ਪਹਿਚਾਣਦੇ ਵੀ ਹੈ ਅਤੇ ਪਹਿਚਾਣਦਿਆਂ ਹੋਇਆਂ ਸਾਡੇ ਦੇ ਉੱਤੇ ਉਂਗਲ ਵੀ ਨਹੀਂ ਉੱਠੀ ਪਈ। ਔਰ ਮਾਣ ਦੇ ਨਾਲੋਂ ਬਿਲਕੁਲ ਬੜਾ ਸਪਸ਼ਟ ਹੈ ਕਿ ਉਹਦੇ ਖਾਲਿਸਤਾਨ ਦੇ ਅਤੇ ਸਾਡੇ ਪ੍ਰੋਗਰਾਮ ਵਿੱਚ ਬੜਾ ਜ਼ਮੀਨ ਸਮਾਨ ਦਾ ਅੰਤਰ ਹੈ। ਇਹ ਕਾਰਨ ਹੈ ਕਿ ਅਸੀਂ ਸਾਡੇ ਨਾਂ ਦੋ ਨੇ ਪਰ ਅਸੀਂ ਪੰਜਾਬ ਨੂੰ ਬਚਾਉਣ ਦੇ ਮਾਮਲੇ 'ਚ ਸਾਡੀ ਭਾਵਨਾ ਇੱਕ ਹੈ। ਇਹ ਜ਼ਿੰਮੇਵਾਰੀ ਦੇਖੋ, ਮਾਣ ਉਮਰ ਵਿੱਚ ਵੱਡਾ ਭਰਾ ਹੈ, ਪੜ੍ਹਿਆ ਲਿਖਿਆ, ਹਾਂਜੀ, ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨੇ ਸਾਡੇ ਨਾਲ ਚੱਲਣਾ, ਕਿ ਉਹਨੇ ਵੱਖਰਾ ਰੱਖਣਾ। ਵੱਖਰਾ ਸਾਨੂੰ ਕੋਈ ਇਤਰਾਜ਼ ਨਹੀਂ, ਜੇ ਸਾਡੇ ਨਾਲ ਚੱਲਣਾ ਹੋਊਗਾ ਤੁਹਾਨੂੰ ਕਹਾਂਗੇ ਭਾਈ ਅਸੀਂ ਤਾਂ ਅਸੀਂ ਪੰਜਾਬ ਸਰਕਾਰ ਬਣਾਉਣੀ ਹੈ, ਨਾ ਕਿ ਅਸੀਂ ਕਿਸੇ ਹੋਰ ਦੇਸ਼ ਦੀ ਸਰਕਾਰ ਬਣਾਉਣੀ। ਜਦ ਮੇਰੇ ਕਾਗਜ਼ ਨੇ ਰੁਪਈਆ ਮੇਰੇ ਬੋਝੇ ਜਿਹੜਾ ਹੁਣ ਵੀ ਹੋਏਗਾ ਉਹਦੇ 'ਤੇ ਮਤਲਬ ਕਿ ਇੰਡੀਆ ਦਾ ਰੁਪਈਆ ਹੋਏਗਾ ਅਤੇ ਗਾਂਧੀ ਦੀ ਫੋਟੋ ਹੋਏਗੀ, ਤਾਂ ਫਿਰ ਮੈਨੂੰ ਇੰਡੀਅਨ ਕਹਾਉਣ ਵਿੱਚ ਇਤਰਾਜ਼ ਕੋਈ ਨਹੀਂ। ਤਿੰਨ ਚੀਜ਼ਾਂ ਨੇ ਜਿਹੜੀਆਂ ਪੂਰੀ ਤਰ੍ਹਾਂ ਰਲਗੱਡ ਨੇ। ਇੱਕ ਤਾਂ ਜਿੰਨੀਆਂ ਪਾਰਟੀਆਂ ਨੇ ਇਹ ਸਾਂਝੀਆਂ ਹੋ ਚੁੱਕੀਆਂ ਨੇ, ਇੱਕ ਤਾਂ ਇੱਧਰ ਉੱਧਰ ਅਤੇ ਉੱਧਰੋਂ ਇੱਧਰ, ਨੰਬਰ ਦੋ ਇਹਨਾਂ ਦੇ ਕਾਰੋਬਾਰ ਸਾਂਝੇ ਆ, ਇਹਨਾਂ ਦੀ ਰਿਸ਼ਤੇਦਾਰੀਆਂ ਸਾਂਝੀਆਂ ਨੇ, ਦਿਨੇ ਬਿਆਨ ਇੱਕ ਦੂਜੇ ਵਿਰੁੱਧ ਦਿੰਦੇ, ਰਾਤ ਨੂੰ ਡਿਨਰ ਇਕੱਠਾ ਹੀ ਕਰਦੇ ਨੇ। ਹੁਣ ਇਹ ਨੰਗੇ ਹੋ ਗਏ ਨੇ ਦੁਨੀਆ ਦੇ ਵਿੱਚ, ਅਕਾਲੀ ਕਾਂਗਰਸੀ ਭਾਜਪਾ ਸਾਰੇ ਰਲ ਕੇ ਨੰਗੇ ਹੋ ਗਏ ਆ, ਔਰ ਇਹਨਾਂ ਦੀ ਨੇੜਤਾ ਵੀ ਦੁਨੀਆ ਸਾਹਮਣੇ ਨੰਗੀ ਹੋ ਗਈ ਹੈ। ਸਾਡੀ ਵਿਰਾਸਤ ਲਲਾਮ ਹੁੰਦੀ ਹੈ ਬਾਜ਼ਾਰਾਂ ਵਿੱਚ, ਸਾਡੇ ਵਾਸਤੇ ਸ਼ਰਮ ਵਾਲੀ ਗੱਲ ਹੈ। ਸ਼੍ਰੋਮਣੀ ਕਮੇਟੀ ਵੱਲੋਂ ਕਦੇ ਇੱਕ ਬੰਦਾ ਉੱਥੇ ਜਾ ਕੇ ਖੜਾ ਹੋ ਕੇ ਦਾਅਵਾ ਹੀ ਨਹੀਂ ਕਰਦਾ ਕਿ ਭਾਈ ਅਸੀਂ ਵੀ ਇਹ ਸਾਡੀ ਵਿਰਾਸਤ ਹੈ, ਸਾਨੂੰ ਲੈ ਲੈਂਦੇ। ਬਰਬਾਦ ਕਰਕੇ ਤਾਂ ਰੱਖ ਦਿੱਤਾ ਇਹਨਾਂ ਅਕਾਲੀਆਂ ਨੇ ਅਤੇ ਕਾਂਗਰਸੀਆਂ ਨੇ। ਇੱਕ ਜਿਹੜੇ ਲੋਕਾਂ ਨੂੰ 70 ਸਾਲ ਦਾ ਸਮਾਂ ਦਿੱਤਾ ਤੁਸੀਂ, ਉਹਨਾਂ ਨੂੰ ਇੱਕ ਵਾਰੀ ਤਿਲਾਂਜਲੀ ਦਿਓ, ਇੱਕ ਵਾਰੀ ਪਾਸੇ ਕਰਕੇ ਦੇਖੋ, ਪਰਖਣ ਵਾਸਤੇ ਸਾਨੂੰ ਇੱਕ ਮੌਕਾ ਦਿਓ। ਜੇ ਅਸੀਂ ਤੁਹਾਡੀ ਪਰਖ 'ਤੇ ਨਹੀਂ ਆਵਾਂਗੇ 5 ਸਾਲਾਂ ਬਾਅਦ, ਅਸੀਂ ਆਪਣੇ ਆਪ ਹੀ ਹੱਥ ਜੋੜ ਦਿਆਂਗੇ, ਨਹੀਂ ਭਾਈ ਸਾਡੇ ਵੱਸ ਦਾ ਰੋਗ ਨਹੀਂ ਹੈਗਾ। ਚੱਬਾ ਦੀ ਧਰਤੀ 'ਤੇ 10 ਨਵੰਬਰ ਨੂੰ 2015 'ਚ ਸਰਬੱਤ ਖਾਲਸਾ ਸੱਦਣ ਵਾਲੇ ਯੂਨਾਈਟਿਡ ਅਕਾਲੀ ਦਲ ਦੇ ਮੁਖੀ ਭਾਈ ਮੋਹਕਮ ਸਿੰਘ ਨੇ ਨਵੰਬਰ 2016 ਦੇ ਸਰਬੱਤ ਖਾਲਸਾ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸ਼ਾਮਿਲ ਕਰਨ ਅਤੇ ਖਾਲਿਸਤਾਨ ਦੇ ਮੁੱਦੇ 'ਤੇ ਸਿਮਰਨਜੀਤ ਸਿੰਘ ਮਾਨ ਤੋਂ ਵੱਖਰੇ ਚੱਲਣ ਬਾਰੇ ਕੀ ਲਿਆ ਫੈਸਲਾ, ਵੇਖੋ ਭਾਈ ਮੋਹਕਮ ਸਿੰਘ ਦਾ ਪੂਰਾ ਇੰਟਰਵਿਊ ਸਾਡੇ ਖਾਸ ਪ੍ਰੋਗਰਾਮ ਰੂਬਰੂ ਵਿੱਚ ਅੱਜ ਸ਼ਾਮ 7 ਵਜੇ ਸਿਰਫ ਪੰਜਾਬ ਟੂਡੇ ਚੈਨਲ 'ਤੇ।